ਹਾਂਜੀ ਬੇਟਾ ਗੁੱਡ ਮਾਰਨਿੰਗ ਬਹੁਤ ਜਨਰਲ ਸਾਇੰਸ ਦੇ ਆਪਾਂ ਕਰ ਰਹੇ ਸੀਗੇ ਕੁਝ ਇੰਪੋਰਟੈਂਟ ਕੁਐਸ਼ਨਸ ਤੇ ਇਹ ਵੀਡੀਓਜ਼ ਬੇਟਾ ਸਾਰਿਆਂ ਲਈ ਕੰਮ ਦੀਆਂ ਇਸ ਲਈ ਇਹ ਵੀਡੀਓਜ਼ ਨੂੰ ਧਿਆਨ ਨਾਲ ਸੁਣਨਾ ਹੈ ਪੰਜਾਬੀ ਤੇ ਇੰਗਲਿਸ਼ ਦੋਨਾਂ ਦੇ ਵਿੱਚ ਕਰਵਾਉਂਗਾ ਮੈਂ ਠੀਕ ਹੈ ਦੇਖੋ 103ਵਾਂ ਕੁਐਸ਼ਨ ਕਹਿੰਦਾ ਉਹ ਕਿਹੜੀ ਡਿਵਾਈਸ ਹੈ ਉਹ ਕਿਹੜਾ ਅਸਤਰ ਹੈ ਜਿਹਦੇ ਨਾਲ ਆਪਾਂ ਆਪਣੀ ਘਰਾਂ ਨੂੰ ਪ੍ਰੋਟੈਕਟ ਕਰਦੇ ਹਾਂ ਆਕਾਸ਼ੀ ਬਿਜਲੀ ਤੋਂ ਆਸਮਾਨ ਦੇ ਵਿੱਚ ਜਦੋਂ ਬਿਜਲੀ ਲੱਛਕਦੀ ਹੈ ਨਾ ਕਦੇ-ਕਦੇ ਘਰਾਂ ਨੂੰ ਨੁਕਸਾਨ ਹੋ ਜਾਂਦਾ ਹੈ ਤਾਂ ਡਿਵਾਈਸ ਯੂਜ਼ ਟੂ ਪ੍ਰੋਟੈਕਟ ਬਿਲਡਿੰਗਸ ਫੋਰ ਲਾਈਟਨਿੰਗ ਫ্রম ਲਾਈਟਨਿੰਗ ਤੋਂ ਕਿਹੜੀ ਹੈ ਜੀ ਡਿਵਾਈਸ ਹੈ ਜਿਹੜੀ ਆਪਾਂ ਨੂੰ ਬਚਾਉਂਦੀ ਹੈ ਉਹ ਬਚਾਉਂਦੀ ਹੈ ਜੀ ਲਾਈਟਨਿੰਗ ਕੰਡਕਟਰ ਬਚਾਉਂਦਾ ਹੈ ਜੀ ਜਾਂ ਪੰਜਾਬੀ ਚ ਕਹਿੰਦੇ ਆਕਾਸ਼ੀ ਬਿਜਲੀ ਚਾਲਕ ਬਚਾਉਂਦਾ ਆਪਾਂ ਨੂੰ ਠੀਕ ਹੈ ਆਪਣੀ ਬਿਲਡਿੰਗ ਨੂੰ ਉਹਦੇ ਚ ਕੀ ਕਰਦੇ ਆ ਜਿਵੇਂ ਆਪਣੀ ਆ ਬਿਲਡਿੰਗ ਇਹ ਇਹਦੀ ਜਿਹੜੀ ਆਕਾਸ਼ੀ ਬਿਜਲੀ ਚਾਲਕ ਹੈ ਲਾਈਟਨਿੰਗ ਕੰਡਕਟਰ ਹੈ ਤ੍ਰਿਸ਼ੂਲ ਦੀ ਸ਼ੇਪ ਦਾ ਹੁੰਦਾ ਹੈ ਇਹਦਾ ਇੱਕ ਹਿੱਸਾ ਜਿਹੜਾ ਉੱਪਰਲਾ ਹਿੱਸਾ ਹੈ ਇਹ ਤਾਂ ਬਿਲਡਿੰਗ ਦੇ ਉੱਪਰ ਰੱਖਿਆ ਜਾਂਦਾ ਹੈ ਇਹ ਮੈਟਲ ਦਾ ਬਣਿਆ ਹੁੰਦਾ ਹੈ ਤੇ ਜਿਹੜੀ ਆ ਰੌਡ ਹੁੰਦੀ ਹੈ ਨੀਚੇ ਧਰਤੀ ਤੱਕ ਗੱਡੀ ਹੁੰਦੀ ਹੈ ਠੀਕ ਹੈ ਇਹਨੂੰ ਕਹਿੰਦੇ ਆਕਾਸ਼ੀ ਬਿਜਲੀ ਚਾਲਕ ਜਾਂ ਲਾਈਟਨਿੰਗ ਕੰਡਕਟਰ ਜੇ ਇਹ ਘਰ ਦੇ ਵਿੱਚ ਲਾਇਆ ਹੋਵੇ ਤੇ ਇਹ ਆਪਾਂ ਨੂੰ ਬਿਜਲੀ ਜਦੋਂ ਬਿਜਲੀ ਲਸ਼ਕਰੀ ਆਕਾਸ਼ ਦੇ ਵਿੱਚ ਕਰੇ ਕਰੇ ਗਿਰ ਜਾਂਦੀ ਹੈ ਨਾ ਕਿਸੇ ਦੇ ਘਰ ਦੇ ਉੱਤੇ ਉਹ ਤੋਂ ਬਚਾਉਂਦਾ ਆਪਾਂ ਨੂੰ ਜੀ ਕਲੀਅਰ ਹੈ ਚਲੋ ਅਗਲਾ ਕੁਐਸਚਨ ਹੁਣ ਕਦੇ-ਕਦੇ ਆਪਣੇ ਸਟਮਕ ਜਾਂ ਪੇਟ ਦੇ ਵਿੱਚ ਤੇਜਾਬ ਬਣਦਾ ਹੈ। ਉਹਨੂੰ ਦੂਰ ਕਰਨ ਲਈ ਕੀ ਵਰਤਿਆ ਜਾ ਸਕਦਾ ਹੈ? ਜੇ ਆਪਣੇ ਅਸਿ ਪੇਟ ਦੇ ਵਿੱਚ ਕਦੇ-ਕਦੇ ਤੇਜਾਬ ਬਣਨ ਲੱਗ ਜਾਂਦੇ ਨੇ, ਐਸਿਡਿਟੀ ਹੋਣ ਲੱਗ ਜਾਂਦੀ ਹੈ। ਤਾਂ ਉਹਨੂੰ ਬਚਣ ਲਈ ਕਿਉਂਕਿ ਇਹ ਐਸਿਡ ਹੈ ਤਾਂ ਆਪਾਂ ਨੂੰ ਬੇਸ ਯੂਜ਼ ਕਰਨਾ ਪੈਣਾ ਹੈ, ਖਾਰ ਯੂਜ਼ ਕਰਨਾ ਪੈਣਾ ਹੁੰਦਾ ਹੈ ম্যাগਨੀਸ਼ੀਅਮ ਹਾਈਡਰੋਕਸਾਈਡ। Mg(OH)2 ম্যাগਨੀਸ਼ੀਅਮ ਹਾਈਡਰੋਕਸਾਈਡ। ਇਹਨੂੰ ਯਾਦ ਰੱਖਣਾ ਹੈ ম্যাগਨੀਸ਼ੀਅਮ ਹਾਈਡਰੋਕਸ ਦਾ ਮਤਲਬ ਹੁੰਦਾ ਹੈ ਹਾਈਡਰੋਕਸਾਈਡ। ਠੀਕ ਹੈ। ਇਨੂੰ ਐਂਟ ਐਸਿਡ ਵੀ ਕਹਿ ਦਿੰਦੇ ਨੇ ਐਂਟ ਐਸਿਡ ਠੀਕ ਹੈ ਤੇ ਜਾਬ ਦਾ ਉਲਟਾ ਤੇਜਾਬ ਤੋਂ ਕੌਣ ਬਚਾਉਂਦਾ ਹੈ ਮੈਗਨੀਸ਼ੀਅਮ ਹਾਈਡਰੋਕਸਾਈਡ ਜੇ ਆਪਣੇ ਸਰੀਰ 'ਚ ਤੇਜਾਬ ਪੈਦਾ ਹੋ ਗਿਆ ਉਹਨੂੰ ਦੂਰ ਕਰਨਾ ਹੈ ਤਾਂ ਆਪਾਂ ਮੈਗਨੀਸ਼ੀਅਮ ਹਾਈਡਰੋਕਸਾਈਡ ਦਾ ਇਨਟੇਕ ਕਰਾਂਗੇ ਐਂਟ ਐਸਿਡ ਹੈ ਹੁੰਦਾ ਇਹ ਠੀਕ ਹੈ ਇਹਦਾ ਫਾਰਮੂਲਾ ਵੀ ਮੈਗਨੀਸ਼ੀਅਮ ਹਾਈਡਰੋਕਸਾਈਡ ਦਾ ਯਾਦ ਰੱਖਣਾ ਇੱਕ HNO3 ਵੀ ਯਾਦ ਰੱਖਣਾ ਇਹ ਫਾਰਮੂਲਾ ਹੀ ਯਾ ਰੱਖਣਾ ਇਹਦਾ ਫਾਰਮੂਲਾ ਹੁੰਦਾ ਹੈ ਨਾਈਟ੍ਰਿਕ ਐਸਿਡ ਇਹ ਕੀ ਚੀਜ਼ ਹੈ HNO3 ਕੀ ਹੈ ਨਾਈਟ੍ਰਿਕ ਐਸਿਡ ਜੇ ਪੁੱਛ ਲਵੇ ਨਾਈਟ੍ਰਿਕ ਐਸਿਡ ਦਾ ਕੀ ਫਾਰਮੂਲਾ ਹੈ HNO3 ਸਲਫਿਊਰਿਕ ਐਸਿਡ ਦਾ ਕੀ ਫਾਰਮੂਲਾ ਹੈ H2SO4 H2SO4 ਸਲਫਿਊਰਿਕ ਐਸਿਡ ਠੀਕ ਹੈ ਇੱਕ ਆਪਾਂ ਕਰਾਂਗੇ ਸਲਫੋਰਸ ਸਲਫੋਰਸ ਐਸਿਡ H2SO3 ਸਲਫੋਰਸ ਹੁੰਦਾ H2SO3 ਸਲਫਿਊਰਿਕ ਹੁੰਦਾ H2SO4 ਇੱਕ ਹੁੰਦਾ ਐਸਟਿਕ ਐਸਿਡ CH3COH ਇਹ ਚਾਰੋਂ ਚੀਜ਼ਾਂ ਤੁਹਾਨੂੰ ਪਤਾ ਹੋਣਾ ਮੈਗਨੀਸ਼ੀਅਮ ਹਾਈਡਰੋਕਸਾਈਡ MgOH2 ਨਾਈਟ੍ਰਿਕ ਐਸਿਡ HNO3 ਸਲਫਿਊਰਿਕ ਐਸਿਡ H2SO4 ਐਸਿਡ ਮਤਲਬ ਤੇਜਾਬ H2SO4 ਤੇ ਸਲਫੋਰਸ ਤੇਜਾਬ ਹੁੰਦਾ H2SO3 ਤੇ ਐਸਟਿਕ ਐਸਿਡ ਹੁੰਦਾ CH3COH ਕਲੀਅਰ ਹੈ ਚਲੋ ਅੱਗੇ ਚੱਲੀਏ ਕਿਸੇ ਪਦਾਰਥ ਦੇ ਤੱਤ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੁੰਦੀ ਹੈ ਬੇਟਾ ਇੱਕ ਪਦਾਰਥ ਹੈ ਉਹ ਦੇ ਉਹ ਤੱਤਾਂ ਤੋਂ ਮਿਲ ਕੇ ਬਣਿਆ ਹੋਇਆ ਹੈ ਉਹ ਤੱਤ ਦੀ ਸਭ ਤੋਂ ਛੋਟੀ ਇਕਾਈ ਨੂੰ ਆਪਾਂ ਕਹਿੰਦੇ ਹਾਂ ਪਰਮਾਣੂ ਉਹਨੂੰ ਕਹਿੰਦੇ ਆਪਾਂ ਸਭ ਤੋਂ ਛੋਟੀ ਕਿਸੇ ਪਦਾਰਥ ਦੇ ਤੱਤ ਦੀ ਸਭ ਤੋਂ ਛੋਟੀ ਇਕਾਈ ਹੁੰਦੀ ਹੈ ਪਰਮਾਣੂ ਜਾਂ ਇੰਗਲਿਸ਼ 'ਚ ਕਹਿ ਸਕਦੇ ਹਾਂ ਸਮਾਲੈਸਟ ਯੂਨਿਟ ਆਫ ਐਨ ਐਲੀਮੈਂਟ ਆਫ ਮੈਟਰ ਜਿਹੜਾ ਮੈਟਰ ਬਣਿਆ ਹੋਇਆ ਐਲੀਮੈਂਟਸ ਤੋਂ ਐਲੀਮੈਂਟਸ ਦੀ ਸਭ ਤੋਂ ਛੋਟਾ ਯੂਨਿਟ ਕੀ ਹੁੰਦਾ ਹੈ ਐਟਮ ਹੁੰਦਾ ਹੈ ਕਲੀਅਰ ਹੈ ਅੱਗੇ ਕਹਿੰਦਾ ਆ ਚਾਲ ਦਿੱਤੇ ਹੋਏ ਨੇ ਕਿਹਨਾ ਕਿਹੜਾ ਹੈ ਜਾਂ ਹੈ ਜਿਹੜਾ ਨੇਚਰਲ ਇੰਡੀਕੇਟਰ ਨਹੀਂ ਹੈ ਠੀਕ ਹੈ ਇਹਦੇ ਲਈ ਜਿਵੇਂ ਪਹਿਲਾਂ ਆ ਗਿਆ ਲਿਚਨ ਲੀਚਨ ਆਪਾਂ ਜ਼ਿਆਦਾਤਰ ਪਰਫਿਊਮ ਦੇ ਵਿੱਚ ਵਰਤਦੇ ਆਂ ਪਰਫਿਊਮ ਡਾਈਜ਼ ਦੇ ਵਿੱਚ ਵਰਤਦੇ ਆਂ ਤਾਂ ਨੇਚੁਰਲ ਹੁੰਦਾ ਟਰਮਰਿਕ ਜਿਹੜੀ ਹਲਦੀ ਹੈ ਇਹ ਵੀ ਨੇਚੁਰਲ ਇੰਡੀਕੇਟਰ ਹੈ ਚਾਈਨਾ ਰੋਜ਼ ਇਹ ਵੀ ਆਪਣਾ ਜਿਹੜਾ ਫੁੱਲ ਹੁੰਦਾ ਹੈ ਏਬਿਸਕਸ ਰੋਜ਼ ਹੁੰਦਾ ਇਹ ਵੀ ਜਿਹੜਾ ਇਹ ਆਪਣਾ ਹੈਅਰ ਗਰੋਥ ਲਈ ਯੂਜ਼ ਕੀਤਾ ਜਾਂਦਾ ਇਹ ਵੀ ਨੇਚੁਰਲ ਇੰਡੀਕੇਟਰ ਹੈ ਜਿਹੜਾ ਫੀਨੋਲੀ ਫਥਲੀਨ ਹੈ ਇਹ ਨੇਚੁਰਲ ਇੰਡੀਕੇਟਰ ਨਹੀਂ ਹੈ ਲਿਚਨ ਵੀ ਜਿਹੜਾ ਡਾਈਸ ਵਗੈਰਾ ਦੇ ਪਰਫਿਊਮ ਵਗੈਰਾ ਦੇ ਵਿੱਚ ਵਰਤੇ ਜਾਂਦਾ ਹੈ ਇਹ ਵੀ ਨੇਚਰਲ ਇੰਡੀਕੇਟਰ ਹੈ ਕੁਦਰਤ ਤੋਂ ਮਿਲਦਾ ਆਪਾਂ ਨੂੰ ਟਰਮਰਿਕ ਇਹ ਵੀ ਸਿੱਧਾ ਆਪਾਂ ਨੂੰ ਕੁਦਰਤ ਤੋਂ ਮਿਲਦੀ ਹੈ ਜਿਹੜੀ ਹਲਦੀ ਹੈ ਚਾਈਨਾ ਰੋਜ਼ ਇਹ ਵੀ ਕੁਦਰਤ ਤੋਂ ਹੀ ਹੈ ਆਪਣਾ ਜਿਹੜਾ ਹਿਬਿਸਕਸ ਫਲਾਵਰ ਵੀ ਕਹਿੰਦੇ ਨੇ ਇਹ ਜ਼ਿਆਦਾਤਰ ਹੈਅਰ ਗ੍ਰੋਥ ਲਈ ਵਰਤਿਆ ਜਾਂਦਾ ਹੈ ਤੇ ਚੌਥਾ ਹੈਗਾ ਫੀਨੋਲੀਫਥਲੀਨ ਇਹ ਨੇਚਰਲ ਇੰਡੀਕੇਟਰ ਨਹੀਂ ਹੈ ਠੀਕ ਹੈ ਜੀ ਚਲੋ ਨੈਕਸਟ ਕਹਿੰਦਾ ਜਿਹੜੇ ਆਪਣੇ ਉਹ ਹੁੰਦੇ ਨੇ ਪਟਾਕੇ ਹੁੰਦੇ ਨੇ ਉਹਦੇ ਵਿੱਚ ਕਿਹੜਾ ਹੈ ਜਿਆ ਨੋਨ ਮੈਟਲ ਹੁੰਦਾ ਹੈ ਜਿਹਦੇ ਕਾਰਨ ਪੋਲਿਊਸ਼ਨ ਹੁੰਦਾ ਏਅਰ ਪੋਲਿਊਸ਼ਨ ਹੁੰਦਾ ਨਾ ਆਪਾਂ ਨੂੰ ਕਹਿੰਦੇ ਨਾ ਪਟਾਕੇ ਨਾ ਚਲਾਓ ਕਿਉਂਕਿ ਏਅਰ ਪੋਲਿਊਸ਼ਨ ਹੁੰਦਾ ਤਾਂ ਉਹਦੇ ਵਿੱਚ ਹੈ ਜਿਆ ਕਿਹੜਾ ਨੋਨ ਮੈਟਲ ਹੁੰਦਾ ਜਿਹੜਾ ਪੋਲਿਊਸ਼ਨ ਪੈਦਾ ਕਰਦਾ ਹੈ ਉਹ ਹੁੰਦਾ ਹੈ ਸਲਫਰ ਤੇ ਫਾਸਫੋਰਸ ਸਲਫਰ ਹੁੰਦਾ ਹੈ ਫਾਸਫੋਰਸ ਹੁੰਦਾ ਹੈ ਤੇ ਈਵਨ ਇਹ ਵੀ ਕਹਿ ਸਕਦੇ ਹੋ ਚ ਪੋਟਾਸ਼ੀਅਮ ਨਾਈਟ੍ਰੇਟ ਵੀ ਹੈ ਉਹਦੇ ਗਨ ਪਾਊਡਰ ਦੇ ਵਿੱਚ ਜਿਹੜਾ ਗਨ ਦਾ ਪਾਊਡਰ ਜਿਆ ਹੁੰਦਾ ਨਾ ਉਹਦੇ ਵਿੱਚ ਪੋਟਾਸ਼ੀਅਮ ਨਾਈਟ੍ਰੇਟ ਵੀ ਹੁੰਦਾ ਏ ਠੀਕ ਹੈ ਕਿਹੜੇ ਕਿਹੜੇ ਨਾਨ ਮੈਟਲਸ ਹੁੰਦੇ ਨੇ ਸਲਫਰ ਫਾਸਫੋਰਸ ਤੇ ਪੋਟਾਸ਼ੀਅਮ ਨਾਈਟ੍ਰੇਟ ਵੀ ਹੁੰਦਾ ਹੈ ਸਲਫਰ ਦਾ ਜੇ ਸਿੰਬਲ ਪੁੱਛ ਲਵੇ ਐਸ ਹੈ ਫਾਸਫੋਰਸ ਨੂੰ ਆਪਾਂ ਪੀ ਦੇ ਨਾਲ ਲਿਖਦੇ ਆ ਪੋਟਾਸ਼ੀਅਮ ਨੂੰ ਯਾਦ ਰੱਖਣਾ ਉਹ ਕੇ ਦੇ ਨਾਲ ਲਿਖਦੇ ਆ ਪੀ ਦੇ ਨਾਲ ਨਹੀਂ ਲਿਖਦੇ ਕੇ ਦੇ ਨਾਲ ਤੇ ਪੋਟਾਸ਼ੀਅਮ ਨਾਈਟ੍ਰੇਟ ਵੀ ਜਿਹੜਾ ਕਿਦੇ ਵਿੱਚ ਹੁੰਦਾ ਉਹਦੇ ਵਿੱਚ ਹੁੰਦਾ ਥੋੜੇ ਗਨ ਪਾਊਡਰ ਦੇ ਵਿੱਚ ਕਲੀਅਰ ਹੈ ਬੇਟਾ ਦੁਬਾਰਤਿਕ ਵਾਰੀ ਰਿਵਾਈਜ਼ ਕਰੀਏ ਦੇਖੋ ਜਿਹੜਾ ਪਹਿਲਾ ਕੁਸ਼ਨ ਹੈ ਇਹ ਤਾਂ ਇਹੋ ਕਹਿ ਰਿਹਾ ਜਦੋਂ ਬਿਲਡਿੰਗ ਦੇ ਵਿੱਚ ਕਦੇ ਕਦੇ ਆਕਾਸ਼ੀ ਬਿਜਲੀ ਗਿਰਦੀ ਹੈ ਤਾਂ ਉਹਨੂੰ ਬਚਾਉਣ ਲਈ ਕਿਹੜਾ ਆਸਤਰੀ ਯੂਜ਼ ਕੀਤਾ ਜਾਂਦਾ ਹੈ ਲਾਈਟਨਿੰਗ ਕੰਡਕਟਰ ਜਾਂ ਆਪਾਂ ਕਹਿ ਦਿੰਦੇ ਆਕਾਸ਼ੀ ਬਿਜਲੀ ਚਾਲਕ ਯੂਜ਼ ਕੀਤਾ ਜਾਂਦਾ ਹੈ ਉਹ ਇਸ ਸ਼ੇਪ ਦਾ ਹੁੰਦਾ ਹੈ ਇਹ ਵੀ ਪਤਾ ਹੋਵੇ ਤੁਹਾਨੂੰ ਦੂਸਰਾ ਆਪਣੇ ਪੇਟ ਦੇ ਵਿੱਚ ਕਦੇ-ਕਦੇ ਤਜਾਬ ਪੈਦਾ ਹੁੰਦਾ ਹੈ ਉਹਨੂੰ ਦੂਰ ਕਰਨ ਲਈ ਆਪਾਂ ਕੀ ਵਰਤਦੇ ਆ ম্যাগਨੀਸ਼ੀਅਮ ਹਾਈਡਰੋਕਸਾਈਡ ਵਰਤਦੇ ਆ ਫਾਰਮੂਲਾ ਵੀ ਯਾ ਰੱਖਣਾ ਇਹਨੂੰ ਐਂਟਾਸਿਡ ਵੀ ਕਹਿੰਦੇ ਨੇ ਇਹ ਵੀ ਯਾ ਰੱਖਣਾ ਨਾਈਟ੍ਰਿਕ ਐਸਿਡ ਦਾ ਵੀ ਫਾਰਮੂਲਾ ਯਾ ਰੱਖਣਾ HNO3 ਸਲਫਿਉਰਿਕ ਐਸਿਡ ਦਾ ਵੀ ਯਾਦ ਰੱਖਣਾ H2SO4 ਐਸਟਿਕ ਐਸਿਡ ਦਾ ਵੀ ਯਾਦ ਰੱਖਣਾ CH3COOH ਸਲਫੋਰਸ ਤੇਜਾਬ ਦਾ ਵੀ ਯਾਦ ਰੱਖਣਾ H2SO3 ਠੀਕ ਹੈ ਨੈਕਸਟ ਕਿਸੇ ਪਦਾਰਥ ਦੇ ਤੱਤ ਦੀ ਕਿਸੇ ਪਦਾਰਥ ਦੇ ਤੱਤ ਦੀ ਸਭ ਤੋਂ ਛੋਟੀ ਇਕਾਈ ਆਪਾਂ ਨੂੰ ਪਤਾ ਪਦਾਰਥ ਤੱਤਾਂ ਤੋਂ ਮਿਲ ਕੇ ਬਣਿਆ ਉਹਦੀ ਸਭ ਤੋਂ ਤੱਤ ਦੀ ਸਭ ਤੋਂ ਛੋਟੀ ਇਕਾਈ ਕੀ ਹੁੰਦੀ ਹੈ ਪਰਮਾਣੂ ਯਾਨ ਨੂੰ ਆਪਾਂ ਕਹਿੰਦੇ ਆਟਮ ਕਲੀਅਰ ਹੈ ਚਲੋ ਅੱਗੇ ਕਹਿੰਦਾ ਚਾਰ ਦਿੱਤੇ ਹੋਏ ਨੇ ਕਿਹੜਾ ਨੇਚਰਲ ਇੰਡੀਕੇਟਰ ਨਹੀਂ ਹੈ ਜਿਹੜਾ ਕੁਦਰਤ ਤੋਂ ਸਿੱਧਾ ਇੰਡੀਕੇਟਰ ਆਪਾਂ ਨੂੰ ਨਹੀਂ ਮਿਲਦਾ ਲਿਚਨ ਕੁਦਰਤ ਤੋਂ ਮਿਲਦਾ ਹੈ ਇਹ ਡਾਈਜ਼ ਵਗੈਰਾ ਲਈ ਵਰਤਿਆ ਜਾਂਦਾ ਹੈ ਟਰਮਰਿਕ ਹਲਦੀ ਹੈ ਥੋਡੀ ਫੀਨੋਲੀ ਫਤਲੀ ਨੇ ਨੇਚਰਲ ਇੰਡੀਕੇਟਰ ਨਹੀਂ ਹੈ ਚੌਥਾ ਚਾਈਨਾ ਰੋਜ਼ ਇਹਨੂੰ ਹਿਮਿਸਕਸ ਰੋਜ਼ ਵੀ ਕਹਿੰਦੇ ਨੇ ਜਿਆਦਾਤਰ ਆਪਾਂ ਹੈਅਰ ਗਰੋਥ ਲਈ ਵਰਤਦੇ ਆਂ ਉਸ ਤੋਂ ਬਾਅਦ ਕਿਹੜਾ ਹੈ ਜਿਆ ਨੋਨ ਮੈਟਲ ਹੈ ਜਿਹੜੇ ਆਪਣੇ ਕਰੈਕਰਸ ਦੇ ਵਿੱਚ ਹੁੰਦਾ ਆਪਣੇ ਪਟਾਕਿਆਂ ਦੇ ਵਿੱਚ ਹੁੰਦਾ ਜਿਹਦੇ ਕਰਕੇ 에ਅਰ ਪੋਲੂਸ਼ਨ ਹੁੰਦਾ ਇੱਕ ਦਾ ਉਹ ਚ ਹੁੰਦਾ ਸਲਫਰ ਫਾਸਫੋਰਸ ਪੋਟਾਸ਼ੀਅਮ ਨਾਈਟ੍ਰੇਟ ਵੀ ਹੁੰਦਾ ਠੀਕ ਹੈ ਸਲਫਰ ਨੂੰ S ਨਾਲ ਲਿਖਦੇ ਆ ਫਾਸਫੋਰਸ ਨੂੰ P ਨਾਲ ਲਿਖਨੇ ਆ ਪੋਟਾਸ਼ੀਅਮ ਨਾਈਟ੍ਰੇਟ ਜਿਹੜਾ ਪੋਟਾਸ਼ੀਅਮ ਦਾ ਸਿੰਬਲ ਕੀ ਹੈ ਯਾਦ ਰੱਖਣਾ K ਹੁੰਦਾ ਹੈ ਨਾ ਕਿ P ਕਲੀਅਰ ਹੈ ਬੇਟਾ ਚਲੋ ਅੱਗੇ ਵੀ ਦੇਖ ਲਈ ਆਪਾਂ ਥੋੜੇ ਜਿਹਾ ਹੋਰ nailon ਜਿਹੜਾ nailon ਦਾ ਕਈ ਜਣੇ ਕਪੜਾ ਬੰਦੇ ਨੇ ਜਾਂ nailon ਦੀਆਂ ਰस्सियां ਲੈਂਦੇ ਨੇ ਕਪੜਾ ਕੁਝ ਵੀ ਹੋ ਸਕਦਾ ਓ ਕਿਉਂ ਯੂਸਫੁਲ ਹੈ nailon ਕਿਉਂ ਯੂਸਫੁਲ ਹੈ ਕਿਉਂਕਿ ਇਹ ਬਹੁਤ ਮਜ਼ਬੂਤ ਹੁੰਦਾ ਹੈ nailon ਦੀਆਂ ਰस्सियां ਬਹੁਤ ਮਜ਼ਬੂਤ ਹੁੰਦੀਆਂ ਬਹੁਤ ਇਲਾਸਟਿਕ ਹੁੰਦੀਆਂ ਲਚਕਿਲੀਆਂ ਹੁੰਦੀਆਂ ਤੇ ਬਹੁਤ ਲਾਈਟ ਵੇਟ ਹੁੰਦੀਆਂ ਠੀਕ ਹੈ ਇਹ ਜ਼ਿਆਦਾਤਰ ਆਪਾਂ ਰੋਪ ਬਣਾਉਣ ਦੇ ਵਿੱਚ ਵਰਤਦੇ ਹਾਂ nailon ਨੂੰ ਰस्सियां ਬਣਾਉਣ ਚ ਟੈਂਟ ਬਣਾਉਣ ਚ ਟੂਥਪੇਸਟ ਬਣਾਉਣ ਚ ਕੌਮ ਬਾਦੀ ਜਿਹੜੇ ਹਾ ਕੰਗਿਆ ਦੀ ਬਨਾਣ ਦੇ ਵਿੱਚ ਨਾਈਲੋਨ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂ ਵਰਤੋਂ ਕਰਦੇ ਆ ਕਿਉਂਕਿ ਬਹੁਤ ਮਜ਼ਬੂਤ ਹੁੰਦੀ ਹੈ ਬਹੁਤ ਲਚਕੀਲੀ ਹੁੰਦੀ ਹੈ ਤੇ ਹਲਕੀ ਹੁੰਦੀ ਹੈ ਨਾਈਲੋਨ ਠੀਕ ਹੈ ਅੱਗੇ ਕਹਿੰਦਾ ਐਸਿਡਸ ਆਰ ਮੇਡ ਤੇਜਾਬ ਕਦੋਂ ਬਣਦਾ ਏ ਜਦੋਂ ਨੋਨ ਮੈਟਲ ਜਿਹੜੇ ਨੇ ਅ ਤਾਤਾਂ ਦੇ ਆਕਸਾਈਡ ਜਿਹੜੇ ਨੇ ਪਾਣੀ ਚ ਘੁਲਦੇ ਨੇ ਠੀਕ ਹੈ ਜਦੋਂ ਅਰ ਤੱਤਾਂ ਦੇ ਆਕਸਾਈਡ ਨਾਨ ਮੈਟਲ ਆਕਸਾਈਡਸ ਜਦੋਂ ਪਾਣੀ ਚ ਘੁਲਦੇ ਨੇ ਤਾਂ ਕੀ ਬਣਦਾ ਆਪਣੇ ਕੋ ਤੇਜਾਬ ਬਣਦਾ ਇਹੀ ਕਾਰਨ ਹੈ ਤਜਾਬੀ ਵਰਖਾ ਦਾ ਐਸਿਡ ਰੇਨ ਦਾ ਵੀ ਇਹੀ ਕਾਰਨ ਹੈ ਕਿ ਜਦੋਂ ਵੀ ਨਾਨ ਮੈਟਲ ਪਾਣੀ ਜਦੋਂ ਮੀਂਹ ਦੇ ਪਾਣੀ ਚ ਘੁਲ ਜਾਂਦੇ ਨੇ ਤਾਂ ਤੇਜਾਬ ਬਣ ਜਾਂਦਾ ਨਾਨ ਮੈਟਲ ਆਕਸਾਈਡ ਜਿਹੜੇ ਹੁੰਦੇ ਨੇ ਮੀਂਹ ਦੇ ਪਾਣੀ ਚ ਘੁਲ ਜਾਂਦੇ ਨੇ ਤਾਂ ਉਹ ਕੀ ਬਣ ਜਾਂਦਾ ਤੇਜਾਬ ਬਣ ਜਾਂਦਾ ਉਹਨੂੰ ਕਹਿੰਦੇ ਆਪਾਂ ਐਸਿਡ ਰੇਨ ਵੀ ਕਹਿ ਦਿੰਦੇ ਆ ਠੀਕ ਹੈ ਜਿਵੇਂ ਨਾਨ ਮੈਟਲ ਆਕਸਾਈਡ ਸਲਫਰ ਡਾਈ ਆਕਸਾਈਡ ਗੈਸ ਆਦੇ ਹੂ ਇਹ ਪਾਣੀ ਚ ਘੁਲ ਜਾਂਦਾ ਹੈ ਤਾਂ ਸਲਫਰਸ ਐਸਿਡ ਬਣ ਜਾਂਦਾ ਹੈ ਐਸਓ2 ਪਾਣੀ ਚ ਘੁਲ ਜਵੇ ਤਾਂ ਐਸਿਡ ਬਣ ਜਾਂਦਾ ਹੈ ਐਨਓ2 ਨਾਈਟ੍ਰੋਜਨ ਡਾਈ ਆਕਸਾਈਡ ਪਾਣੀ ਚ ਘੁਲ ਜਵੇ ਤਾਂ ਐਸਿਡ ਬਣ ਜਾਂਦਾ ਹੈ ਕਾਰਬਨ ਡਾਈ ਆਕਸਾਈਡ ਪਾਣੀ ਚ ਘੁਲ ਜੇ ਤਾਂ ਕਾਰਬੋਨਿਕ ਐਸਿਡ ਬਣ ਜਾਂਦਾ ਹੈ H2CO3 H2CO3 ਵੀ ਯਾਦ ਰੱਖਣਾ ਹੈ ਹੁੰਦਾ ਕਾਰਬੋਨਿਕ ਐਸਿਡ ਠੀਕ ਹੈ ਜਦੋਂ ਵੀ ਜਦੋਂ ਜਦੋਂ ਨਾ ਆਹ ਐਸਿਡ ਰੇਨ ਤਾਂ ਸਾਰਿਆਂ ਨੂੰ ਪਤਾ ਹੀ ਹੋਣਾ ਤੇਜਾਬੀ ਵਰਖਾ ਜਦੋਂ ਵੀ ਆਪਣਾ ਜਿਹੜੇ ਆਪਾਂ ਨੂੰ ਪਤਾ ਨਾ ਜਦੋਂ ਵਾਹਨ ਵਾਹਨ ਕਿਹੜੀਆਂ ਗੈਸਾਂ ਛੱਡਦੇ ਨੇ ਸਲਫਰ ਡਾਈਆਕਸਾਈਡ ਨਾਈਟ੍ਰੋਜਨ ਡਾਈਆਕਸਾਈਡ ਵਰਗੀਆਂ ਗੈਸਾਂ ਛੱਡਦੇ ਨੇ ਜਦੋਂ ਉਹ ਮੀਂਹ ਦੇ ਪਾਣੀ ਨਾਲ ਮਿਲਦੀਆਂ ਨੇ ਤਾਂ ਉਹ ਕੀ ਬਣਾ ਦਿੰਦਾ ਸਲਫੋਰਸ ਐਸਿਡ ਬਣਾ ਦਿੰਦੀ ਹੈ ਕਾਰਬੋਨਿਕ ਐਸਿਡ ਬਣਾ ਦਿੰਦੀ ਹੈ ਉਸੇ ਸੈੱਡ ਨੂੰ ਜਦੋਂ ਵੀ ਨਾਨ ਮੈਟਲ ਦੇ ਆਕਸਾਈਡ ਪਾਣੀ ਨਾਲ ਕਿਰਿਆ ਕਰਦੇ ਨੇ ਤਾਂ ਕੀ ਬਣਾਉਂਦੇ ਨੇ ਤੇਜਾਬ ਬਣਾਉਂਦੇ ਨੇ ਇਹਨੂੰ ਆਪਾਂ ਤਜਾਬੀ ਵਰਖਾ ਵੀ ਕਹਿ ਦਿੰਦੇ ਨੇ ਆ ਵੀ ਕੁਐਸਚਨ ਪੁੱਛ ਸਕਦਾ ਐਸਓ2 ਜਦੋਂ ਪਾਣੀ ਨਾਲ ਕਿਰਿਆ ਕਰਦਾ ਹੈ ਤਾਂ ਕੀ ਬਣਦਾ ਸਲਫੋਰਸ ਐਸਿਡ ਕਾਰਬਨ ਡਾਈ ਆਕਸਾਈਡ ਪਾਣੀ ਨਾਲ ਕਿਰਿਆ ਕਰਦੀ ਹੈ ਕਾਰਬੋਨਿਕ ਐਸਿਡ H2CO3 ਬਣਦਾ ਹੈ ਤੇ ਇਹ ਵੀ ਪਤਾ ਹੋਵੇ ਸਲਫਰ ਡਾਈ ਆਕਸਾਈਡ ਦਾ ਫਾਰਮੂਲਾ SO2 ਪਾਣੀ ਦਾ ਫਾਰਮੂਲਾ H2 NO2 ਦਾ ਨਾਈਟ੍ਰੋਜਨ ਡਾਈਆਕਸਾਈਡ ਇਹ ਫਾਰਮੂਲੇ ਤੁਹਾਨੂੰ ਪਤਾ ਹੋਣ ਤੇ ਇਹ ਵੀ ਪਤਾ ਹੋਵੇ ਐਸਿਡ ਰੇਨ ਨਾਲ ਕੀ ਹੁੰਦਾ ਜਿਹੜੀ ਤੇਜਾਬੀ ਵਰਖਾ ਹੁੰਦੀ ਹੈ ਇਹ ਆਪਣੇ ਜਿਹੜੇ ਰੌਕਸ ਨੇ ਉਹਨੂੰ ਡੈਮੇਜ ਕਰਦੀ ਹੈ ਡੈਮੇਜ ਰੌਕਸ ਨੂੰ ਡੈਮੇਜ ਕਰਦੀ ਹੈ ਠੀਕ ਹੈ ਜੀ ਯਾਦ ਤੁਹਾਨੂੰ ਦੇਖਿਆ ਹੋਣਾ ਉਹ ਤਾਜ ਮਹਿਲ ਦਾ ਪੱਥਰ ਪੀਲਾ ਕਿਉਂ ਪੈ ਰਿਹਾ ਡਿਊ ਟੂ ਐਸਿਡ ਰੇਨ ਠੀਕ ਹੈ ਜੀ ਨੈਕਸਟ ਵਾਸ਼ਿੰਗ ਸੋਡਾ ਜਿਹੜੇ ਆਪਾਂ ਘਰਾਂ 'ਚ ਵਰਤਦੇ ਆਂ ਵਾਸ਼ਿੰਗ ਸੋਡਾ ਦਾ ਕਿਹੜੇ ਕਿਹੜੀ ਚੀਜ਼ਾਂ ਹੁੰਦੀਆਂ ਇਹਦੇ ਕੰਪੋਨੈਂਟਸ ਕਿਹੜੇ ਨੇ ਪਹਿਲਾਂ ਤਾਂ ਵਾਸ਼ਿੰਗ ਸੋਡਾ ਦਾ ਫਾਰਮੂਲਾ ਪਤਾ ਹੋਣਾ ਚਾਹੀਦਾ Na2CO3 ਸੋਡੀਅਮ ਕਾਰਬੋਨੇਟ Na2CO3 ਪੁੱਛ ਲੈਣ ਦਾ ਹੁੰਦਾ ਵਾਸ਼ਿੰਗ ਸੋਡਾ ਦਾ ਕੀ ਫਾਰਮੂਲਾ ਹੈ Na2CO3 ਇਹਨੂੰ ਇਹ ਸੋਡੀਅਮ ਕਾਰਬੋਨੇਟ ਕਹਿੰਦੇ ਆ ਬੇਸ ਹੁੰਦਾ ਹੈ ਇਹਦੇ ਚ ਕਿਹੜੇ ਕਿਹੜੇ ਉਹਨੇ ਕੰਪੋਨੈਂਟਸ ਨੇ ਇੱਕ ਤਾਂ ਸੋਡੀਅਮ ਆ ਰਿਹਾ ਇੱਜ ਇੱਕ ਕਾਰਬਨ ਆ ਰਿਹਾ ਇੱਕ ਆਕਸੀਜਨ ਦਾ ਰਿਜ ਤੇ ਤਿੰਨ ਕੰਪੋਨੈਂਟ ਨੇ ਸੋਡੀਅਮ ਕਾਰਬਨ ਆਕਸੀਜਨ ਐਮੀ ਤੁਹਾਡੇ ਕੋ ਬੇਕਿੰਗ ਸੋਡਾ ਵੀ ਪੁੱਛ ਸਕਦਾ ਹੈ ਇਹ ਹੁੰਦਾ ਹੈ ਐਨਏ ਐਚ ਸੀਓ3 ਸੋਡੀਅਮ ਬਾਈਕਾਰਬੋਨੇਟ ਹੈ ਹੁੰਦਾ ਹੈ ਸੋਡੀਅਮ ਬਾਈਕਾਰਬੋਨੇਟ ਬੇਕਿੰਗ ਤੋਂ ਬਾਈ ਬੰਦ ਹੈ ਸੋਡੀਅਮ ਬਾਈਕਾਰਬੋਨੇਟ ਇਹ ਵੀ ਬੇਸ ਹੁੰਦਾ ਹੈ ਇੱਜ ਕਿਹੜੇ ਕਿਹੜੇ ਕੰਪੋਨੈਂਟ ਹੁੰਦੇ ਨੇ ਸੋਡੀਅਮ ਹਾਈਡਰੋਜਨ ਕਾਰਬਨ ਆਕਸੀਜਨ ਸੋਡੀਅਮ ਦਾ ਯਾਦ ਰੱਖਣਾ ਐਨਏ ਹੁੰਦਾ ਹੈ ਕੰਪੋਨੈਂਟਸ ਆਫ ਵਾਸ਼ਿੰਗ ਸੋਡਾ ਦਵਾਰਤੀ ਕਰ ਲੋ ਵਾਸ਼ਿੰਗ ਸੋਡਾ ਦਾ ਫਾਰਮੂਲਾ ਐ ਸੋਡੀਅਮ ਕਾਰਬੋਨੇਟ ਕੀ ਫਾਰਮੂਲਾ Na2CO3 ਇਹ ਬੇਸ ਹੁੰਦਾ ਤੇ ਚ ਕਿਹੜੇ ਕਿਹੜੇ ਹੋ ਹੁੰਦੇ ਨੇ ਕੰਪੋਨੈਂਟ ਹੁੰਦੇ ਨੇ ਇੱਕ ਸੋਡੀਅਮ ਹੁੰਦਾ ਸੋਡੀਅਮ ਦਾ Na ਹੁੰਦਾ ਇੱਕ ਕਾਰਬਨ ਹੁੰਦਾ ਇੱਕ ਆਕਸੀਜਨ ਹੁੰਦਾ ਠੀਕ ਹੈ ਜੀ ਇੱਕ ਹੁੰਦਾ ਬੇਕਿੰਗ ਸੋਡਾ ਬੇਕਿੰਗ ਸੋਡਾ ਨੁੰਦਾ ਸੋਡੀ ਐ NaHCO3 ਇਹਨੂੰ ਕਹਿੰਦੇ ਨੇ ਸੋਡੀਅਮ ਬਾਈਕਾਰਬੋਨੇਟ ਕਹਿੰਦੇ ਆ ਇਹ ਵੀ ਯਾਦ ਰੱਖਣਾ ਬੇਕਿੰਗ ਤੋਂ ਯਾਦ ਰੱਖਣਾ 22 ਇਚ 22 ਵਰਡ ਆਉਂਦਾ ਉਚ ਨਹੀਂ ਆਉਂਦਾ ਐਨ ਐਚ ਸੀਓ3 ਇਹਦੇ ਕਿਹੜੇ ਕਿਹੜੇ ਕੰਪੋਨੈਂਟ ਹੁੰਦੇ ਨੇ ਸੋਡੀਅਮ ਹਾਈਡਰੋਜਨ ਕਾਰਬਨ ਆਕਸੀਜਨ ਇਹ ਵੀ ਬੇਸ ਹੁੰਦਾ ਖਾਰ ਹੁੰਦਾ ਵੀ ਦੋਨੇ ਖਾਰ ਹੁੰਦੇ ਨੇ ਠੀਕ ਹੈ ਨੈਕਸਟ ਜਿਹੜੇ ਡਾਕਟਰ థਰਮਾਮੀਟਰ ਵਰਤਦੇ ਨੇ ਆਪਾਂ ਘਰੇ ਵੀ థਰਮਾਮੀਟਰ ਵਰਤਦੇ ਹਾਂ ਉਹ ਕਿਸ ਰੇਂਜ ਦੇ ਵਿੱਚ ਹੁੰਦਾ ਕਿੰਨਾ ਤਾਪਮਾਨ ਮਾਪਦੇ ਨੇ ਉਹ ਪਹਿਲਾਂ ਤਾਂ 1 ਡਿਗਰੀ ਸੈਲਸੀਅਸ ਦੇਖਿਓ ਨੇ ਧਿਆਨ ਤੇ ਇੱਕ ਤਾਂ ਸਕੇਲ ਹੁੰਦਾ ਉਹ ਚ ਡਿਗਰੀ ਸੈਲਸੀਅਸ ਦਾ ਇੱਕ ਫਾਰਨਹੀਟ ਸਕੇਲ ਹੁੰਦਾ ਐਫ ਨਾਲ ਲਿਖਿਆ ਹੁੰਦਾ ਦੋ ਸਕੇਲ ਬਣੇ ਹੁੰਦੇ ਨੇ ਜਿਹੜਾ ਡਿਗਰੀ ਸੈਲਸੀਅਸ ਦਾ ਤਾਂ 35 ਤੋਂ ਲੈ ਕੇ 42 ਡਿਗਰੀ ਸੈਲਸੀਅਸ ਤੱਕ ਮਾਪਦਾ ਹੈ ਥਰਮਾਮੀਟਰ 35 ਤੋਂ 42 ਤੱਕ ਤੇ ਫਾਰਨਹੀਟ ਚ 94 ਤੋਂ 108 ਤੱਕ 35 ਤੋਂ 42 ਉਧਰ 94 ਤੋਂ 108 ਤੱਕ ਆ ਦੋ ਉਹ ਤਾਪਮਾਨ ਦੀ ਰੇਂਜ ਮਾਪਦਾ ਹੈ 35 ਤੋਂ 42 ਤੱਕ ਤੇ ਉਧਰਲੇ ਪਾਸੇ 94 ਤੋਂ 108 ਫਾਰਨਹੇਟ ਤੱਕ ਮਾਪਦਾ ਹੈ ਤੇ ਇਹ ਵੀ ਪੁੱਛ ਸਕਦਾ ਹੈ ਨਾਰਮਲ ਟੈਂਪਰੇਚਰ ਕਿੰਨਾ ਹੁੰਦਾ ਆਪਣਾ ਹਿਊਮਨ ਬੋਡੀ ਦਾ ਉਹਦਾ 37 ਡਿਗਰੀ ਸੈਲਸੀਅਸ ਜਾਂ 98.6 ਡਿਗਰੀ ਫਾਰਨਹੇਟ 37 ਡਿਗਰੀ ਸੈਲਸੀਅਸ ਜਾਂ 98.6 ਫਾਰਨਹੇਟ ਬੇਟਾ ਬਹੁਤ ਕੁਸ਼ਨ ਨੇ ਤੇ ਜੀ ਕਵਰ ਹੋ ਗਏ ਡਾਕਟਰ ਜਿਹੜਾ ਥਰਮੋਮੀਟਰ ਹੁੰਦਾ ਉਹਦੇ ਚ ਕਿਹੜੇ-ਕਿਹੜੇ ਸਕੇਲ ਬਣੇ ਹੁੰਦੇ ਨੇ ਇੱਕ ਸੈਲਸੀਅਸ ਸਕੇਲ ਹੁੰਦਾ ਇੱਕ ਫਾਰਨਹੀਟ ਸਕੇਲ ਹੁੰਦਾ ਸੈਲਸੀਅਸ ਸਕੇਲ ਕਿੱਥੋਂ ਦੀ ਕਿੱਥੇ ਤੱਕ ਮਾਪਦਾ ਹੈ ਤਾਪਮਾਨ 35 ਤੋਂ ਲੈ ਕੇ 42 ਤੱਕ ਫਾਰਨਹੀਟ ਸਕੇਲ 'ਚ 94 ਤੋਂ ਲੈ ਕੇ 108 ਤੱਕ ਫਿਰ ਆਪਣਾ ਨਾਰਮਲ ਤਾਪਮਾਨ ਕਿੰਨਾ ਹੁੰਦਾ 37 ਡਿਗਰੀ ਸੈਲਸੀਅਸ ਜੇ ਫਾਰਨਹੀਟ 'ਚ ਕਹਿ ਦੇਵੇ 98.6 ਡਿਗਰੀ ਫਾਰਨਹੀਟ ਕਲੀਅਰ ਹੈ ਅਗਲਾ ਕਿਹੜੀ ਧਾਤ ਪਾਣੀ ਅਤੇ ਤੇਜ਼ਾਬ ਨਾਲ ਕਿਰਿਆ ਨਹੀਂ ਕਰਦੀ ਕਿਹੜੀ ਹੈ ਜੀ ਧਾਤ ਹੈ ਜਿਹੜੀ ਨਾ ਤਾਂ ਪਾਣੀ ਨਾਲ ਕਿਰਿਆ ਕਰਦੀ ਹੈ ਨਾ ਤਾਂ ਪਾਣੀ ਨਾਲ ਰਿਐਕਟ ਕਰਦੀ ਹੈ ਨਾ ਐਸਿਡ ਨਾਲ ਰਿਐਕਟ ਕਰਦੀ ਹੈ ਉਹ ਪਲੈਟੀਨਮ ਹੈ 골ਡ ਹੈ ਸਿਲਵਰ ਹੈ ਆ ਤਿੰਨ ਤੱਤਾਂ ਹੈ ਜੀ ਜਿਹੜਾ ਨਾ ਤਾਂ ਪਾਣੀ ਨਾਲ ਕਿਰਿਆ ਕਰਦੀਆਂ ਨਾ ਇਹ ਤੇਜਾਬ ਨਾਲ ਕਿਰਿਆ ਕਰਦੀਆਂ ਕਿਹੜੀਆਂ ਐਜੇ ਤੱਤਾਂ ਜਿਹੜੀਆਂ ਪਾਣੀ ਤੇ ਤੇਜਾਬ ਦੋਨਾਂ ਨਾਲ ਕਿਰਿਆ ਨਹੀਂ ਕਰਦੀਆਂ ਪਾਣੀ ਤੇ ਤੇਜਾਬ ਦੋਨਾਂ ਨਾਲ ਪਲੈਟੀਨਮ 골ਡ ਸਿਲਵਰ ਇਹ ਪਾਣੀ ਨਾਲ ਵੀ ਨਹੀਂ ਕਿਰਿਆ ਕਰਦੀਆਂ ਤੇਜਾਬ ਨਾਲ ਵੀ ਨਹੀਂ ਕਿਰਿਆ ਕਰਦੀਆਂ गोल्ड ਨੂੰ ਪਾ ਕੇ ਦੇਖ ਲਿਓ ਪਾਣੀ ਚ ਕੋਈ ਕਿਰਿਆ ਨਹੀਂ ਹੋਊਗੀ ਠੀਕ ਹੈ ਅਗਲਾ ਕੱਚਾ ਐਮਬ ਜਿਹੜਾ ਅਨ ਰਾਈਪ ਮੰਗੋ ਹੁੰਦਾ ਉਹਦੇ ਚ ਕਿਹੜਾ ਤੇਜਾਬ ਹੁੰਦਾ ਉਹ ਖੱਟਾ ਹੁੰਦਾ ਨਾ ਉਹ ਚ ਕਿਹੜਾ ਤੇਜਾਬ ਹੁੰਦਾ ਟਾਰਟ੍ਰਿਕ ਤੇਜਾਬ ਹੁੰਦਾ ਟਾਰਟ੍ਰਿਕ ਤੇਜਾਬ ਐਸਿਡ ਟਾਰਟ੍ਰਿਕ ਐਸਿਡ ਉਹਦੇ ਚ ਕਿਹੜਾ ਤੇਜਾਬ ਹੁੰਦਾ ਟਾਰਟ੍ਰਿਕ ਐਸਿਡ ਤੇ ਲਾਸਟ ਸਲਫੋਰਸ ਤੇਜਾਬ ਦਾ ਕੀ ਫਾਰਮੂਲਾ ਹੈ ਤੁਹਾਨੂੰ ਦੱਸ ਹੀ ਦਿੱਤਾ ਸਲਫਿਉਰਿਕ ਤੇਜਾਬ ਦਾ ਹੁੰਦਾ ਹੈ H2SO4 ਸਲਫੋਰਸ ਦਾ ਹੁੰਦਾ H2SO3 ਕਲੀਅਰ ਹੈ ਲੋ ਇੱਕ ਵਾਰੀ ਦੁਬਾਰਾ ਰੀਕੈਪ ਕਰ ਲਈਏ ਦੇਖੋ ਪਹਿਲਾ ਨਾਈਲੋਨ ਆਪਾਂ ਕਿਉਂ ਵਰਤਦੇ ਆ ਕਿਉਂਕਿ ਇਹ ਬਹੁਤ ਸਖਤ ਹੁੰਦੀ ਹੈ ਸਟਰੋਂਗ ਹੁੰਦੀ ਹੈ ਬਹੁਤ ਲਚਕੀਲੀ ਹੁੰਦੀ ਹੈ ਤੇ ਬਹੁਤ ਲਾਈਟ weight ਹੁੰਦੀ ਹੈ ਟੈਂਟ ਬਣਾਉਣ ਚ ਵਰਤੀ ਜਾਂਦੀ ਹੈ ਰੋਪ ਰस्सियां ਬਣਾਉਣ ਚ ਤੂਥ ਪ੍ਰੈਸ ਦੇ ਵਿੱਚ ਕੌਮ ਬਾਦੀ ਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈ ਦੂਸਰਾ ਜਦੋਂ ਵੀ ਨੋਨ ਮੈਟਲ ਦੇ ਆਕਸਾਈਡ ਨੂੰ ਪਾਣੀ ਦੇ ਨਾਲ ਮਿਲਦੇ ਨੇ ਤਾਂ ਐਸਿਡ ਬਣਦਾ ਹੈ ਜਦੋਂ ਵੀ ਇਹ ਤਾਂ ਪਾਣੀ ਨਾਲ ਮਿਲਦੀਆਂ ਤਾਂ ਤੇਜਾਬ ਬਣਾਉਂਦੀਆਂ ਉਹਨੂੰ ਆਪਾਂ ਕਹਿੰਦੇ ਐਸਿਡ ਰੇਨ ਜਿਹੜੀ ਕੀ ਰਾਕਸ ਨੂੰ ਡੈメージ ਕਰਦੀਆਂ ਇਹ ਬੁਸਦ ਹੈ ਤੇ ਜਿਵੇਂ ਆਪਣੇ ਕੋਲ ਸਲਫਰ ਡਾਈਆਕਸਾਈਡ ਹੈ ਇਸ ਨਾਨ ਮੈਟਲ ਦੀਆਂ ਤੱਤਾਂ ਆਕਸਾਈਡ ਨਾਨ ਮੈਟਲ ਆਕਸਾਈਡ ਸਲਫਰ ਡਾਈਆਕਸਾਈਡ ਹੈ ਇਹ ਜਦੋਂ ਪਾਣੀ ਨਾਲ ਮਿਲਦੀਆਂ ਤਾਂ ਸਲਫੋਰਸ ਤੇਜਾਬ ਬਣਾਉਂਦੀਆਂ ਐਵੇਂ ਨਾਈਟrogen ਡਾਈਆਕਸਾਈਡ ਵੀ ਪਾਣੀ ਨਾਲ ਮਿਲ ਕੇ ਹੋ ਤੇਜਾਬ ਬਣਾਉਂਦੀਆਂ ਐਵੇਂ ਤੁਹਾਨੂੰ ਇਹ ਕਹਿ ਸਕਦਾ ਹੈ ਕਾਰਬਨ ਡਾਈਆਕਸਾਈਡ ਗੈਸ ਵੀ ਪਾਣੀ ਨਾਲ ਮਿਲ ਕੇ ਕਾਰਬੋਨਿਕ ਐਸਿਡ ਮਨ ਤੇਜਾਬ ਬਣਾਉਂਦੀਆਂ ਨੇ ਇਹਨਾਂ 'ਚ ਕੁਝ ਵੀ ਪੁੱਛ ਸਕਦਾ ਹੈ ਜੀ ਫਿਰ ਕਹਿੰਦਾ ਵਾਸ਼ਿੰਗ ਸੋਡਾ ਦਾ ਕੀ ਫਾਰਮੂਲਾ ਹੈ ਇਹ ਤੁਹਾਨੂੰ ਪਤਾ ਹੋਵੇ ਸੋਡੀਅਮ ਕਾਰਬੋਨੇਟ ਵਾਸ਼ਿੰਗ ਸੋਡਾ ਦਾ ਹੈ ਬੇਕਿੰਗ ਸੋਡਾ ਦਾ ਸੋਡੀਅਮ ਬਾਈਕਾਰਬੋਨੇਟ ਹੈ ਉਹਦਾ ਫਾਰਮੂਲਾ ਹੁੰਦਾ Na2CO3 ਇਹਦਾ ਹੁੰਦਾ NaHCO3 ਤੇ ਦੋਨੋਂ ਹੀ ਬੇਸ ਨੇ ਇੱਕ ਦੋਨੋਂ ਹੀ ਖਾਰ ਨੇ ਵਾਸ਼ਿੰਗ ਦਾ Na2CO3 ਸੋਡੀਅਮ ਕਾਰਬੋਨੇਟ ਬੇਕਿੰਗ ਸੋਡਾ ਦਾ ਸੋਡੀਅਮ ਬਾਈਕਾਰਬੋਨੇਟ NaHCO3 ਤੇ ਇਹਦੇ ਕਿਹੜੇ-ਕਿਹੜੇ ਕੰਪੋਨੈਂਟ ਹੁੰਦੇ ਨੇ Na ਦਾ ਮਤਲਬ ਹੁੰਦਾ ਸੋਡੀਅਮ ਇਹ ਵੀ ਯਾਦ ਰੱਖਣਾ ਸੋਡੀਅਮ ਹਾਈਡਰੋਜਨ ਕਾਰਬਨ ਤੇ ਆਕਸੀਜਨ ਕੰਪੋਨੈਂਟ ਹੁੰਦੇ ਨੇ ਵਾਸ਼ਿੰਗ ਸੋਡਾ ਚ ਕਿਹੜੇ-ਕਿਹੜੇ ਕੰਪਾਊਂਡ ਹੁੰਦੇ ਨੇ ਕੰਪੋਨੈਂਟ ਹੁੰਦੇ ਨੇ ਕਿਉਂਕਿ ਇਹ Na2CO3 ਐ ਹੁੰਦਾ ਸੋਡੀਅਮ ਕਾਰਬਨ ਤੇ ਆਕਸੀਜਨ ਹੁੰਦਾ ਤੇ ਕਿਹੜੀ ਹੈ ਜੀ ਧਾਤ ਹੈ ਜਿਹੜੀ ਪਾਣੀ ਅਤੇ ਇਤਿਜਾਬ ਨਾਲ ਕਿਰਿਆ ਨਹੀਂ ਕਰਦੀ ਉਹ ਹੈਗੀ ਪਲੈਟੀਨਮ ਤੱਤ ਹੈ 골ਡ ਹੈ ਤੇ ਸਿਲਵਰ ਇਹ ਪਾਣੀ ਤੇ ਇਤਿਜਾਬ ਦੋਨਾਂ ਨਾਲ ਕਿਰਿਆ ਨਹੀਂ ਕਰਦੀਆਂ ਅੱਗੇ ਜਿਹੜਾ ਕੱਚਾ ਮੰਦਾ ਹੈ ਜਿਹੜਾ ਅਨਰਾਈਪ ਮੈਂਗੋ ਹੁੰਦਾ ਹੈ ਉਹਦੇ ਵਿੱਚ ਕਿਹੜਾ ਇਤਿਜਾਬ ਹੁੰਦਾ ਟਾਰ ਟ੍ਰਿਕ ਤੇਜਾਬ ਹੁੰਦਾ ਅਗਲਾ ਸਲਫੋਰਸ ਤੇਜਾਬ ਦਾ ਕੀ ਫਾਰਮੂਲਾ ਹੈ H2SO3 ਲੈ ਬੇਟਾ ਇਹਦੇ ਨਾਲ ਮੇਰੇ ਖਿਆਲ ਨਾਲ ਇੱਥੇ ਘੱਟੋ ਘੱਟ 50 ਦੇ ਕਰੀਬ ਕੁਐਸਚਨ ਕਵਰ ਹੋ ਗਏ ਇੰਨੀ ਕੁ ਵੀਡੀਓ ਚ ਉਹਨੇ ਇਹਨੂੰ ਚੰਗੀ ਤਰ੍ਹਾਂ ਕਾਪੀ ਤੇ ਨੋਟ ਕਰਕੇ ਮੈਨੂੰ ਵੀਡੀਓ ਬਣਾ ਫੋਟੋ ਖਿੱਚ ਕੇ ਭੇਜਣਾ ਪਰਸਨਲੀ ਠੀਕ ਹੈ ਤਾਂ ਕਿ ਮੈਨੂੰ ਪਤਾ ਚੱਲ ਸਕੇ ਕਿੰਨੇ ਕ ਬੱਚੇ ਪੜ ਰਹੇ ਨੇ ਚਲੋ ਥੈਂਕ ਯੂ ਬੇਟਾ